मैं राजनीतिक साढ़े जड़े ने ना वो वोटां दे मसले वास्ते सानू आपस में दूर करी जा रहे ने, पर साढ़े सिखां दे मुसलमानां दे हिंदुआं दे विच कोई मतभेद नहीं हैगा। बहुत सोहना आके इत्थे माहौल मिलता, दुनियादारी वेखी दी है, बड़ा प्यार मिलता, बड़ी मिठी बोली है इत्थे, बड़ा मन खुश होया। बड़े सालों के चाहवान सी भी कि सानू भी इस धरती दे विच आ जाए, क्यों साढ़े भी बजुर्ग इधर दे सी ते वो गल्लां दसदे हुंदे सी ते सानू हुण मौका मसा मिलिया ते असी आए हाँ ते बहुत खुशियां मिलियां सानू। भाई कोई गिला शिकवा नहीं, बड़ा सोहना विहार कर रहे ने सब, खासा संग मिलते ने, कोई मैं मिठी बोली है बहुत शानदार। ठीक हो गया। हाँ जी, है सरदार जी, की हाल है ढाडा? बहुत वधिया जी। कैसा रहा टूर ढाडा? बहुत वधिया जी। किन्ने दिन इत्थे हो रहे हो? ये 3 दिन है, 15 तरीक तक वापसी है। अच्छा अच्छा, की कुछ देखी बैठे? बस कुदरत दे रंग, कुदरत दा नज़ारा। जो तुसीं सानूं कहोगे ही देखी जाऊंगा। अच्छा, पहली बार आए हो? नहीं, मैं 15 साल हो गए रेगुलर आ रहे हूं। कोई मुश्किल नहीं, बहुत वधिया। खरीदारी करके आ रहे हो? हाँ जी, हाँ खरीदारी। आह, की खरीदारी कीती है? ओए ड्राई फ्रूट वगैरह। ਕਿਹੜੀ ਸ਼ਹਿਰ ਸਮਝਦੇ ਹੋ ਕਿ ਲਾਹੌਰ ਦੀ ਬਿਹਤਰੀਨ ਚੀਜ਼ ਜਿਹੜੀ ਲੈ ਕੇ ਜਾਣੀ ਚਾਹੀਦੀ? ਲਾਹੌਰ ਸਾਰੀ ਚੀਜ਼ਾਂ ਲਾਹੌਰ ਦੀਆਂ, ਮਤਲਬ ਇੱਕ ਤੋਹਫਾ ਵਾ ਬੱਚਿਆਂ ਵਾਸਤੇ ਯਾਦਗਾਰੀ ਵੀ, ਅਸੀਂ ਸਮਾਨ ਲੈ ਕੇ ਜਾ ਰਹੇ ਹਾਂ, ਜੁੱਤੀਆਂ ਹੋਈਆਂ, ਡਾਈ ਫਰੂਟ ਹੋ ਗਿਆ, ਕੱਪੜੇ ਹੋ ਗਏ, ਵੱਖ ਵੱਖ ਆਈਟਮਾਂ ਵਾ ਤੇਰੇ ਸਾਹਮਣੇ ਖੁਸ਼ ਤਾਂ ਹੁੰਦੇ ਆ, ਹੈਂ ਖੁਸ਼ੀ ਮਨਾਉਂਦੀ ਆ ਕਿ ਆ 12,000 ਰੁਪਇਆ ਵਟਾ ਕੇ ਆ ਰਹੇ ਹਾਂ, ਇੱਕ ਦੁਕਾਨ 'ਤੇ 30,000 ਰੁਪਇਆ ਖਰਚਦਾ, ਖੁਸ਼ੀ ਆ ਤਾਂ ਆ ਰਹੇ ਹਾਂ। ਪਾਕਿਸਤਾਨ ਅਤੇ ਇੰਡੀਆ ਦੇ ਤਾਲੁਕਾਤ ਕਿਵੇਂ ਬਿਹਤਰ ਹੋਣੇ ਚਾਹੀਦੇ ਨੇ, ਕੋਈ ਮਸ਼ਵਰਾ ਦੱਸੋ। ਮੈਂ ਬਿਹਤਰ ਤਾਂ ਵੇਖੋ ਜੀ, ਸਰਕਾਰਾਂ ਕਰਨਗੀਆਂ ਤਾਂ ਹੋਣਗੇ, ਤਾਂ ਬਾਕੀ ਜਿਹੜੀ ਪਬਲਿਕ ਆ ਇਹਦੇ ਮਨ ਦੇ ਵਿੱਚ ਚਾਹ ਹੋਵੇ, ਪਹਿਲਾਂ ਮਿਲਣ ਦੀ ਚਾਹਤ ਹੋਵੇ ਤਾਂ ਸਰਕਾਰਾਂ ਵੀ ਕੁਝ ਨਹੀਂ ਕਰ ਸਕਦੀਆਂ। ਠੀਕ ਹੈ ਨਾ ਗੱਲ, ਇਹ ਸਾਰਾ ਪਬਲਿਕ ਦੇ ਉੱਤੇ ਡਿਪੈਂਡ ਆ। ਠੀਕ ਹੈ, ਮੈਂ ਵੀ ਇਹ ਕਹੂੰਗਾ ਕਿ ਵੀ ਜਿਤਨਾ ਸਾਡਾ ਪ੍ਰੇਮ ਪਿਆਰ ਹੁਣ ਵੀ ਹੈ ਨਾ, ਉਹਨੇ ਸਾਡੇ ਨਾਲ ਪਿਆਰ ਕਰਦੇ ਹੋ, ਇਤਨਾ ਹੀ ਗਾਂਹ ਵੀ ਪਿਆਰ ਹੁੰਦਾ ਰਹੇ, ਇਤਨਾ ਹੀ ਆਉਂਦੇ ਜਾਂਦੇ ਰਹੀਏ, ਅਸੀਂ ਤਾਂ ਸਾਡਾ ਆਉਣ ਜਾਣ ਬਣਿਆ ਰਹੇ ਮਹਾਰਾਜ ਦੇ ਦਰਬਾਰ, ਉਹ ਗੁਰੂ ਪਾਤਸ਼ਾਹ ਦੇ ਪਦ ਨਾਲ ਅਸੀਂ ਇੱਥੇ ਲਾਹੌਰ ਦੇ ਵਿੱਚ ਆ ਜਾਂਦੇ ਹਾਂ। ਕੀ ਨਾਂ ਹੈ ਤੁਹਾਡਾ? ਨਾਂ ਅਮਰੀਕ ਸਿੰਘ। ਕਰਦੇ ਕੀ ਤੁਸੀਂ ਇੰਡੀਆ 'ਚ? ਹਾਂਜੀ, ਕਰਦੇ ਕੀ ਇੰਡੀਆ ਦੇ ਵਿੱਚ? ਇੰਡੀਆ ਵਿੱਚ ਵਾਹਿਗੁਰੂ ਜੀ। ਜ਼ਮੀਨਾਂ ਜ਼ਮੀਨਾਂ ਵਾਹਵਾ ਨੇ? ਆਹ ਜ਼ਮੀਨਾਂ ਸਾਬਦੀਆਂ, ਜ਼ਮੀਨਾਂ ਕਿੰਨੀਆਂ ਕਦੇ ਪਾਕਿਸਤਾਨ 2 ਮਰਬੇ ਹੈਗੀ ਹੈ ਜ਼ਮੀਨ ਤੁਹਾਡੀ? ਹਾਂਜੀ, ਮਰੱਬਾ 2 ਮਰੱਬਾ ਹੈਗੀ? ਹਾਂ ਨਾ, ਇੰਨੀ ਕਿੱਥੇ, ਮੈਂ 2-2.5 ਕਿੱਲੇ ਕੰਮ ਰਹਿ ਗਿਆ, 2-3 ਕਿੱਲੇ ਹੀ ਮਰੱਬੇ ਵਾਲਾ ਕੰਮ ਗਿਆ ਸਾਡੇ। ਕੀ ਮਤਲਬ ਕਿਉਂ ਚਲਾ ਗਿਆ? ਉਹ ਤਾਂ ਬੱਚੇ ਅੱਗੇ 2-3 ਹੋ ਗਏ ਮਰੱਬਾ ਦੇ, ਅਤੇ ਆਪੇ 3-4 ਹਿੱਸੇ ਹੋ ਗਏ। ਬਸ ਬਸ, ਜਿਵੇਂ ਇੱਕ ਦੇ ਗੜੀ 4 ਹੋ ਗਏ, 4 ਦੇ ਗੜੀ ਫਿਰ 8-10 ਹੋ ਗਏ, ਇਤਨਾ ਕਰਕੇ ਜ਼ਮੀਨ। ਕੀ ਕੁਛ ਵੇਖਿਆ ਤੁਸੀਂ ਇੱਧਰ ਆ ਕੇ? ਇੱਧਰ ਆਣ ਕੇ ਬੜਾ ਕੋਈ ਬਹੁਤ ਵਧੀਆ ਪ੍ਰੋਗਰਾਮ, ਬਹੁਤ ਬਾਜ਼ਾਰ ਵਧੀਆ ਚੱਲ। ਬਾਰਡਰ ਦੇ ਰਸਤੇ ਆਏ ਹੋ? ਹਾਂਜੀ, ਆਹ ਵਾਹਗਾ ਬਾਰਡਰ। ਤੁਸੀਂ ਵੀ ਕੋਈ ਅਮਨ ਮੈਦਾਨ ਲਈ ਕੋਈ ਗੱਲ ਦੱਸ ਦਿਓ, ਕੀ ਹੋਣਾ ਚਾਹੀਦਾ? ਅਸੀਂ ਤਾਂ ਨਹੀਂ, ਅਮਨ ਹੋਣਾ ਚਾਹੀਦਾ, ਸਾਰੇ ਰਲ ਮਿਲ ਕੇ, ਸਾਰੇ ਹੀ ਹਿੰਦੂ ਮੁਸਲਮਾਨ ਸਿੱਖ ਇਸਾਈ ਸਾਰੇ ਰਲ ਕੇ ਰਹੀਏ, ਰਲ ਮਿਲ ਕੇ ਚੱਲੀਏ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਰਣਜੀਤ ਸਿੰਘ, ਅਸੀਂ ਟੋਰਾਂਟੋ ਤੋਂ ਆਏ ਹਾਂ ਜੀ, ਕੈਨੇਡਾ ਤੋਂ ਜਥੇ ਦੇ ਨਾਲ, ਅਤੇ ਬੜੀ ਖੁਸ਼ੀ ਹੋਈ ਜੀ ਇੱਥੇ, ਬੜਾ ਪਾਕਿਸਤਾਨ ਗੌਰਮੈਂਟ ਨੇ ਅਤੇ ਜੋ ਵੀ ਇੱਥੇ ਦੇ ਪ੍ਰਬੰਧਕ ਨੇ ਉਹਨਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਹੋਇਆ ਜੀ ਸਾਰਿਆਂ ਦੀ ਸਹੂਲਤ ਵਾਸਤੇ, ਜਿਹਦੇ ਅਸੀਂ ਬੜੇ ਬੜੇ ਸ਼ੁਕਰਗੁਜ਼ਾਰ ਹਾਂ, ਮਸ਼ਹੂਰ ਹਾਂ, ਅਤੇ ਸਾਨੂੰ ਬੜਾ ਪਿਆਰ ਮਿਲ ਰਿਹਾ ਜੀ। ਪਹਿਲੀ ਵਾਰੀ ਆਏ ਹੋ? ਨਹੀਂ, ਮੈਂ 3ਰੀ ਵਾਰ ਆਇਆ ਜੀ। ਕੀ ਕੁਝ ਮੁਖਤਲਫ ਪਾਇਆ? ਪਹਿਲੀ ਵਾਰ ਮੈਂ 2004 ਦੇ ਵਿੱਚ ਆਇਆ ਸੀ ਉਸ ਵੇਲੇ, ਹੁਣ ਕਾਫੀ ਕੁਛ ਉਹਦੇ ਨਾਲ ਬਦਲ ਚੁੱਕਾ, ਪਰ ਮੈਂ 2019 ਦੇ ਵਿੱਚ ਫਿਰ ਆਇਆ ਸੀ, ਅਸੀਂ 3 ਸਾਲ ਪਹਿਲਾਂ, ਕੋਵਿਡ ਤੋਂ ਪਹਿਲਾਂ, ਅਤੇ ਬਹੁਤ ਵਧੀਆ ਪ੍ਰਬੰਧ ਆ ਜੀ, ਲੋਕਾਂ ਵੱਲੋਂ, ਆਮ ਪਬਲਿਕ ਵੱਲੋਂ ਬਹੁਤ ਪਿਆਰ ਮਿਲਦਾ ਜੀ, ਸਤਿਕਾਰ ਮਿਲਦਾ। ਕੁਝ ਖਰੀਦਿਆ ਤੁਸੀਂ? ਖਰੀਦਿਆ ਕੁਛ ਜੋ ਬੀਬੀਆਂ ਵੱਲੋਂ ਹੁੰਦੀ ਆ ਜੀ ਸਿਫਾਰਿਸ਼ 'ਤੇ, ਕੋਈ ਦੁਪੱਟੇ ਅਤੇ 1-2 ਸ਼ਾਲ ਵਗੈਰਾ ਖਰੀਦੇ ਆ ਜੀ ਪਰਿਵਾਰ ਵਾਸਤੇ।